ਵੱਡੀ ਸਾਜ਼ਿਸ਼ ਜਿਹੜੀ ਹੈ ਉਸ ਨੂੰ ناکਾਮਯਾਬ ਕਰ ਦਿੱਤਾ ਗਿਆ ਹੈ ਤੇ ਚਾਰ ਜਿਹੜੇ ਬਬਰ ਖਾਲਸਾ ਦੇ ਆਪਰੇਟਿਵ ਸੀਗੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਵਿੱਚੋਂ ਅ ਅਮਿਊਨੀਸ਼ਨ ਤੇ ਵੈਪਨਸ ਰਿਕਵਰ ਹੋਏ ਨੇ ਇਸ ਵਕਤ ਅਸੀਂ ਕਨਾਲ ਦੇ ਵਿੱਚ ਮਧੂਵਨ ਪੁਲਿਸ ਸਟੇਸ਼ਨ ਉਸ ਦੇ ਪਾਰ ਖੜੇ ਆ ਤੇ ਮਧੂਵਨ ਪੁਲਿਸ ਸਟੇਸ਼ਨ ਦੇ ਵਿੱਚ ਇੱਥੇ ਜਿਹੜੇ ਚਾਰ ਉਹ ਅ ਅਕਿਊਜ਼ ਫੜੇ ਸੀਗੇ ਐਕਸਪਲੋਸਿਵਸ ਦੇ ਨਾਲ ਉਹ ਇੱਕ ਇਨੋਵਾ ਗੱਡੀ ਦੇ ਵਿੱਚ ਉਹ ਟਰੈਵਲ ਕਰ ਰਹੇ ਸੀਗੇ ਜਿਨ੍ਹਾਂ ਨੂੰ ਬਸਤਾਰਾ ਟੋਲ ਪਲਾਜ਼ਾ ਤੇ ਗ੍ਰਿਫਤਾਰ ਕੀਤਾ ਗਿਆ ਸੀਗਾ ਉਸ ਦੇ ਨਜ਼ਦੀਕ ਗ੍ਰਿਫਤਾਰ ਕੀਤਾ ਗਿਆ ਸੀ ਇਨੋਵਾ ਗੱਡੀ ਸਾਮਣੇ ਤੁਸੀਂ ਦੇਖ ਸਕਦੇ ਹੋ ਇਹ ਬਿਲਕੁਲ ਉਹੀ ਇਨੋਵਾ ਗੱਡੀ ਹੈ ਜਿਸ ਦੇ ਵਿੱਚ ਉਹ ਚਾਰੋਂ ਅਕਿਊਜ਼ ਜਿਹੜੇ ਸੀਗੇ ਉਹ ਟਰੈਵਲ ਕਰ ਰਹੇ ਸੀਗੇ ਇਹ ਦਿੱਲੀ ਨੰਬਰ ਦੀ ਇਹ ਗੱਡੀ ਹੈ ਜਿਸ ਦੇ ਵਿੱਚ ਇਹ ਚਾਰੋਂ ਅਕਿਊਜ਼ ਜਿਹੜੇ ਸੀਗੇ ਉਹ ਟਰੈਵਲ ਕਰ ਰਹੇ ਸੀਗੇ ਤੇ ਹਰਿਆਣਾ ਪੁਲਿਸ ਨੇ ਜਿਹੜਾ ਹੈ ਉਹ ਇਨਪੁਟ ਦੇ ਬੇਸਿਸ ਤੇ ਇਹਨਾਂ ਨੂੰ ਰੋਕਿਆ ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਗੱਡੀ ਦੀ ਸਰਚ ਦੇ ਵਿੱਚ ਅਮਿਊਨੀਸ਼ਨ ਵੈਪਨ ਤੇ ਐਕਸਪਲੋਸਿਵ ਸਬਸਟੈਂਸ ਜਿਹੜੇ ਨੇ ਉਹ ਰਿਕਵਰ ਹੋਏ ਸੀਗੇ ਇਹ ਬਿਲਕੁਲ ਉਹੀ ਗੱਡੀ ਹੈ ਇਨੋਵਾ ਗੱਡੀ ਦਿੱਲੀ ਨੰਬਰ ਗੱਡੀ ਜਿਸ ਦੇ ਵਿੱਚ ਚਾਰੋਂ ਅਕਿਊਜ਼ ਜਿਹੜੇ ਨੇ ਜਿਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਦੇ ਤੇ ਇੱਕ ਲੁਧਿਆਣਾ ਦਾ ਰਹਿਣ ਵਾਲਾ ਹੈ ਇਹ ਤੇਲੰਗਾਨਾ ਜੋ ਫਿਲਹਾਲ ਜੋ ਮੋਡਲੀ ਪੁਤਕੀ ਚੀਨੋ ਤੋਂ ਹੋਈ ਹੈ ਉਹ ਐਕਸਪਲੋਸਿਵ ਲੈ ਕੇ ਜਾ ਰਹੇ ਸੀਗੇ ਮੱਖੂ ਦੇ ਵਿੱਚ ਫਿਰੋਜ਼ਪੁਰ ਦੇ ਵਿੱਚ ਜਿਹੜਾ ਸਪਲਾਈ ਇਹਨਾਂ ਨੂੰ ਮਿਲੀ ਸੀਗੀ ਤੇ ਇਸੀ ਗੱਡੀ ਦੇ ਵਿੱਚ ਇਸੀ ਇਨੋਵਾ ਗੱਡੀ ਦੇ ਵਿੱਚ ਚਾਰੋਂ ਆਕਿਊਸ ਜਿਹੜੇ ਸੀ ਇਹ ਲੈ ਕੇ ਜਾ ਰਹੇ ਸੀਗੇ ਐਕਸਪਲੋਸਿਵ ਸਬਸਟੈਂਸ ਤੇ ਹਰਿਆਣਾ ਪੁਲਿਸ ਵੱਲੋਂ ਇੱਕ ਵੱਡੀ ਸਾਜ਼ਿਸ਼ ਜਿਹੜੀ ਹੈ ਉਸ ਨੂੰ ਜਿਹੜਾ ਹੈ ਉਹ ਐਕਸਪੋਜ਼ ਕਰ ਦਿੱਤਾ ਗਿਆ ਹੈ ناکਾਮਯਾਬ ਕਰ ਦਿੱਤਾ ਗਿਆ ਹੈ ਕਿਉਂਕਿ ਜੇ ਇਹ ਐਕਸਪਲੋਸਿਵ ਸਬਸਟੈਂਸ ਜਿਹੜਾ ਹੈ ਅੱਗੇ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਜਿੱਥੇ ਤੱਕ ਪਹੁੰਚਾਣਾ ਸੀਗਾ ਇਹਨਾਂ ਚਾਰਾਂ ਨੇ ਤੇ ਜਿੱਥੇ ਯੂਜ਼ ਕਰਨਾ ਸੀਗਾ ਡੀ ਐਲ 1VB7869 A ਇਸ ਇਨੋਵਾ ਗੱਡੀ ਦਾ ਨੰਬਰ ਹੈ ਰਜਿਸਟ੍ਰੇਸ਼ਨ ਨੰਬਰ ਜਿਸ ਦੇ ਵਿੱਚ ਲੈ ਕੇ ਜਾ ਰਹੇ ਸੀਗੇ ਐਕਸਪਲੋਸਿਵ ਸਬਸਟੈਂਸ ਜਿਹੜਾ ਹੈ ਤੇ ਵੈਪਨਸ ਤੇ ਜਿਹੜਾ ਕਾਟੇਜਿਸ ਮਿਲੇ ਨੇ ਹਰਿਆਣਾ ਪੁਲਿਸ ਨੂੰ ਫਿਲਹਾਲ ਇਹ ਐਗਜੈਕਟ ਉਹੀ ਗੱਡੀ ਹੈ ਜਿਸ ਦੇ ਵਿੱਚ ਇਹ ਚਾਰੋਂ ਜਿਹੜੇ ਨੇ ਉਹ ਲੈ ਕੇ ਜਾ ਰਹੇ ਸੀਗੇ ਐਕਸਪਲੋਸਿਵ ਸਬਸਟੈਂਸ ਤੇ ਇਹ ਮਧਵਨ ਪੁਲਿਸ ਸਟੇਸ਼ਨ ਹੈ ਮਧਵਨ ਪੁਲਿਸ ਸਟੇਸ਼ਨ ਜਿਹੜਾ ਹੈ ਮਧਵਨ ਪੁਲਿਸ ਸਟੇਸ਼ਨ ਦੇ ਵਿੱਚ ਹੀ ਇਸ ਗੱਡੀ ਨੂੰ ਜਿਹੜਾ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਐਕਸਪਲੋਸਿਵ ਦੇ ਨਾਲ ਜਿਹੜੀ ਗੱਡੀ ਸੀਗੀ ਉਸ ਨੂੰ ਇਸੇ ਪੁਲਿਸ ਸਟੇਸ਼ਨ ਦੇ ਵਿੱਚ ਲੈ ਕੇ ਆਏ ਸੀਗੇ ਇੱਥੇ ਜਿਹੜਾ ਬੌਮ ਡਿਸਪੋਜ਼ਲ ਸਕੁਐਡ ਹੈ ਉਹ ਵੀ ਅੰਦਰ ਮੌਜੂਦ ਹੈ ਪੁਲਿਸ ਸਟੇਸ਼ਨ ਦੇ ਵਿੱਚ ਫਿਲਹਾਲ ਜਿਹੜਾ ਐਕਸਪਲੋਸਿਵ ਸਬਸਟੈਂਸ ਹੈ ਉਸ ਨੂੰ ਡਿਫਿ ਉਹ ਉਸਨੂੰ ਲੈ ਕੇ ਪੁਲਿਸ ਹਜੇ ਕਲੈਰਿਟੀ ਨਹੀਂ ਕਰ ਰਹੀ ਹੈ ਪਰ ਫਿਲਹਾਲ ਇਹ ਥਾਣਾ ਜਿਹੜਾ ਹੈ ਮਧੂਵਨ ਪੁਲਿਸ ਸਟੇਸ਼ਨ ਕਰਨਾਲ ਦਾ ਜਿਹੜਾ ਹੈ ਮਧੂਵਨ ਦੇ ਵਿੱਚ ਹਰਿਆਣਾ ਪੁਲਿਸ ਅਕੈਡਮੀ ਵੀ ਹੈ ਤੇ ਉਸਦੇ ਨਾਲ ਹੀ ਇਹ ਲੱਗਦਾ ਥਾਣਾ ਹੈ ਮਧੂਵੰਦਾ ਜਿੱਥੇ ਇਹਨਾਂ ਚਾਰਾਂ ਅਕਿਊਜ਼ ਨੂੰ ਲੈ ਕੇ ਆਏ ਸੀਗੇ ਪਹਿਲੇ ਤੇ ਗੱਡੀ ਦੇ ਵਿੱਚੋਂ ਜਿਹੜਾ ਦਿੱਲੀ ਨੰਬਰ ਦੀ ਇਨੋਵਾ ਗੱਡੀ ਸੀਗੀ ਉਸ ਦੇ ਵਿੱਚੋਂ ਐਕਸਪਲੋਸਿਵ ਜਿਹੜੇ ਸੀਗੇ ਰਿਕਵਰ ਹੋਏ ਸੀਗੇ ਫਿਲਹਾਲ ਉਹਨਾਂ ਚਾਰਾਂ ਜਿਹੜੇ ਅਕਿਊਜ਼ ਸੀਗੇ ਉਹਨਾਂ ਨੂੰ ਸੀਆਈਏ ਕਰਨਾਲ ਦੇ ਵਿੱਚ ਲੈ ਕੇ ਗਏ ਨੇ ਜਿੱਥੇ ਉਨ੍ਹਾਂ ਦੀ ਫਰਦਰ ਇੰਟੈਰੋਗੇਸ਼ਨ ਕੀਤੀ ਜਾ ਰਹੀ ਹੈ ਤੇ ਪੰਜਾਬ ਦੇ ਪੁਲਿਸ ਅਧਿਕਾਰੀ ਵੀ ਉੱਤੇ ਪਹੁੰਚ ਗਏ ਨੇ ਪੰਜਾਬ ਦੀ ਰੋਪੜ ਪੁਲਿਸ ਦੀ ਟੀਮ ਜਿਹੜੀ ਹੈ ਉੱਤੇ ਪਹੁੰਚ ਗਈ ਹੈ ਜਿਹੜੇ ਇਨਵੈਸਟੀਗੇਸ਼ਨ ਇੰਟੈਰੋਗੇਸ਼ਨ ਦੇ ਵਿੱਚ ਇਨਵੋਲਵ ਹੋ ਗਏ ਨੇ ਕਿਉਂਕਿ ਇਹ ਚਾਰੋਂ ਜਿਹੜੇ ਅਰੈਸਟ ਹੋਏ ਨੇ ਇਹ ਚਾਰੋਂ ਪੰਜਾਬ ਦੇ ਰਹਿਣ ਵਾਲੇ ਨੇ ਜਿਨ੍ਹਾਂ ਵਿੱਚੋਂ ਤਿੰਨ ਜਿਹੜੇ ਨੇ ਉਹ ਫਿਰੋਜ਼ਪੁਰ ਦੇ ਮੱਕੂ ਦੇ 21 ਪਿੰਡ ਦੇ ਰਹਿਣ ਵਾਲੇ ਨੇ ਤੇ ਚੌਥਾ ਜਿਹੜਾ ਭੁਪਿੰਦਰ ਸਿੰਘ ਹੈ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਹਰਿੰਦਰ ਰਿੰਦਾ ਦੇ ਨਾਲ ਜਿਹੜਾ ਹੈ ਉਹ ਗੁਰਪ੍ਰੀਤ ਸਿੰਘ ਜਿਹੜਾ ਮੇਨ ਅਕਿਊਜ਼ ਦੇ ਚਾਰ ਵਿੱਚੋਂ ਉਸ ਦਾ ਜਿਹੜਾ ਪਾਰਕ ਹੁੰਦਾ ਲੁਧਿਆਣਾ ਦੇ ਜੇਲ੍ਹ ਦੇ ਵਿੱਚ ਰਿੰਦਾ ਦਾ ਐਸੋਸੀਏਟ ਰਾਜਵੀਰ ਸਿੰਘ ਉਸ ਦੇ ਰਾਹੀਂ ਸੰਪਰਕ ਗੁਰਪ੍ਰੀਤ ਦਾ ਹੁੰਦਾ ਹੈ ਤੇ ਜਿਹੜਾ ਰਿੰਦਾ ਦੇ ਨਾਲ ਉਸ ਦਾ ਸੰਪਰਕ ਕਰਾਇਆ ਜਾਂਦਾ ਹੈ ਤੇ ਕੋਆਰਡੀਨੇਟ ਜਿਹੜਾ ਹੈ ਰਿੰਦਾ ਭੇਜਦਾ ਹੈ ਤੇ ਮੱਖੂ ਦੇ ਵਿੱਚ ਜਿਹੜਾ ਹੈ ਉਹ ਡ੍ਰੌਪ ਕੀਤਾ ਜਾਂਦਾ ਹੈ ਡਰੋਨ ਦੇ ਰਾਹੀਂ ਜਿਹੜਾ ਹੈ ਐਕਸਪਲੋਸਿਵ ਤੇ ਵੈਪਨਸ ਜਿਹੜੇ ਨੇ ਤੇ ਉਹਨਾਂ ਐਕਸਪਲੋਸਿਵ ਤੇ ਵੈਪਨਸ ਨੂੰ ਲੈ ਕੇ ਇਹ ਚਾਰੋਂ ਜਿਹੜੇ ਆਪਰੇਟਿਵ ਸੀਗੇ ਇਹ ਜਾ ਰਹੇ ਸੀਗੇ तेलंगाना जो फिलहाल जो मुडली जड़ी ਉਹਨਾਂ ਦੀ ਪੁਛ ਕੀ ਛੇ ਉਸ ਤੋਂ ਜਿਹੜਾ ਸਾਹਮਣੇ ਆਇਆ ਇੰਟਰੋਗੇਸ਼ਨ ਤੋਂ ਕਿ तेलंगाना ਇਹ ਚਾਰਾਂ ਲੈ ਕੇ ਜਾ ਰਹੇ ਸੀਗੇ ਫਿਲਹਾਲ थाना ਮਧੂਬਨ ਜਿਹੜਾ ਹੈ ਇੱਥੇ ਇਹ ਗੱਡੀ ਜਿਹੜੀ ਹੈ ਉਹਨਾਂ ਦੀ ਜਿਸ ਇਨੋਵਾ ਗੱਡੀ ਦੇ ਵਿੱਚੋਂ ਟਰੈਵਲ ਕਰਦੇ ਸੀਗੇ ਐਕਸਪਲੋਸਿਵ ਦੇ ਨਾਲ ਉਸ ਨੂੰ ਲੈ ਕੇ ਆਏ ਨੇ ਤੇ ਚਾਰਾਂ ਅਕਿਊਜ਼ ਨੂੰ ਫਿਲਹਾਲ ਸੀਆਈਏ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ ਕਰਨਾਲ ਦਾ ਜਿਹੜਾ ਆਫਿਸ ਹੈ ਉੱਥੇ ਲੈ ਕੇ ਗਏ ਨੇ ਜਿੱਥੇ ਪੰਜਾਬ ਪੁਲਿਸ ਦੀ ਟੀਮ ਵੀ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਹਰਿੰਦਰ ਸਿੰਘ ਰਿੰਦਾ ਜਿਹੜਾ ਨੋਟੋਰੀਅਸ ਹਨ ਹੈ ਜਿਸ ਦੇ ਖਿਲਾਫ ਮਹਾਰਾਸ਼ਟਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਮਰਡਰ ਤੇ ਅਟੈਂਪਟ ਟੂ ਮਰਡਰ ਤੇ ਐਕਸਟਰੋਸ਼ਨ ਦੇ ਕੇਸਿਸ ਰਜਿਸਟਰ ਨੇ ਤੇ ਵਾਂਟਡ ਹੈ ਤੇ ਉਹ ਪਾਕਿਸਤਾਨ ਜਿਹੜਾ ਐਸਕੇਪ ਕਰ ਗਿਆ ਸੀਗਾ ਤੇ ਆਈਐਸਆਈ ਦੇ ਰਾਹੀ ਜਿਹੜਾ ਹੈ ਪਾਕਿਸਤਾਨ ਦੇ ਵਿੱਚ ਹੈਂਡਲ ਬੈਠੇ ਹੈਂਡਲਰਸ ਦੇ ਰਾਹੀ ਜਿਹੜਾ ਹੈ ਪੰਜਾਬ ਦੇ ਵਿੱਚ ਰੈਡੀਕਲਿਜ਼ਮ ਨੂੰ ਰੀਵਾਈਵ ਕਰਨ ਦੀ ਕੋਸ਼ਿਸ਼ ਜਿਹੜੀ ਹੈ ਉਹ ਰਿੰਦਾ ਦੇ ਰਾਹੀ ਜਿਹੜਾ ਹੈ ਕਰਾਈ ਜਾ ਰਹੀ ਹੈ ਤੇ ਉਸਦੇ ਰਾਹੀ ਜਿਹੜਾ ਐਕਸਪਲੋਸਿਵ ਸਬਸਟੈਂਸ ਨੇ ਡਰੱਗਸ ਨੇ ਉਹ ਤਮਾਮ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਉਹ ਭੇਜਿਆ ਜਾਂਦਾ ਹੈ ਰਿੰਦਾ ਦਾ ਨਾਮ ਜਿਹੜਾ ਹੈ ਜਿਹੜਾ ਲੁਧਿਆਣਾ ਕੋਰਟ ਕੰਪਲੈਕਸ ਦੇ ਵਿੱਚ ਬਲਾਸਟ ਹੋਇਆ ਸੀਗਾ ਜਿਸ ਦੇ ਵਿੱਚ ਜਿਹਨੇ ਬਲਾਸਟ ਕਰਨਾ ਸੀਗਾ ਪਰਸਨ ਨੇ ਉਹ ਉਹ ਜਿਹੜਾ ਹੈ ਉਹ ਵੀ ਐਕਸਪਲੋਡ ਹੋ ਗਿਆ ਸੀਗਾ ਕਿਉਂਕਿ ਉਹ ਬਾਥਰੂਮ ਦੇ ਵਿੱਚ ਉਸ ਨੂੰ ਅਸੈਂਬਲ ਕਰ ਰਿਹਾ ਸੀਗਾ ਤੇ ਉਸ ਬਲਾਸਟ ਦੇ ਵਿੱਚ ਵੀ ਰਿੰਦਾ ਦਾ ਨਾਮ ਆਇਆ ਸੀਗਾ ਇਸ ਤੋਂ ਇਲਾਵਾ ਨਵਾਂ ਸ਼ਹਿਰ CIA ਸਟਾਫ ਆਫਿਸ ਦੇ ਵਿੱਚ ਜਿਹੜਾ ਗ੍ਰੇਨੇਡ ਅਟੈਕ ਹੋਇਆ ਸੀਗਾ ਉਸ ਦੇ ਵਿੱਚ ਵੀ ਰਿੰਦਾ ਦਾ ਨਾਮ ਜਿਹੜਾ ਹੈ ਉਹ ਆਇਆ ਸੀਗਾ ਫਿਲਹਾਲ ਕਰਨਾਲ ਪੁਲਿਸ ਨੇ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਹੈ ਕਰਨਾਲ ਪੁਲਿਸ ਨੇ ਜਿਹੜੀ ਐਫ ਆਈ ਆਰ ਰਜਿਸਟਰ ਕੀਤੀ ਹੈ ਉਸ ਦੇ ਵਿੱਚ ਵੀ ਰਿੰਦਾ ਦਾ ਨਾਮ ਜਿਹੜਾ ਹੈ ਤੇ ਰਾਜਵੀਰ ਦਾ ਨਾਮ ਜਿਹੜਾ ਹੈ ਉਸ ਨੂੰ ਵੀ ਉਹਨਾਂ ਨੇ ਨਾਮਜ਼ਦ ਕੀਤਾ ਇਸ ਮਾਮਲੇ ਦੇ ਵਿੱਚ ਜਿਹੜਾ ਐਕਸਪਲੋਸਿਵ ਐਕਟ ਦੇ ਯੂ ਐਪੀ ਐ ਦਾ ਜਿਹੜਾ ਅਨਲੌਫਲ ਐਕਟੀਵਿਟੀਜ਼ ਪ੍ਰੋਫੈਨ ਐਕਟ ਦਾ ਜਿਹੜਾ ਪਰਚਾ ਕਰਨਾਲ ਪੁਲਿਸ ਵੱਲੋਂ ਸਾਰੇ तमाम ਮਾਮਲੇ ਦੇ ਵਿੱਚ ਅਦਾਜ ਕੀਤਾ ਗਿਆ ਹੈ ਫਿਲਹਾਲ ਲੁਧਿਆਣਾ ਜੇਲ੍ਹ ਦੇ ਵਿੱਚ ਜਿਹੜਾ ਗੁਰਪ੍ਰੀਤ ਇਸ ਦਾ ਮਾਸਟਰਮਾਈਂਡ ਜਿਹੜਾ ਹੈ ਮੇਨ ਅਕਿਊਜ਼ ਜਿਹੜਾ ਹੈ ਇਹਨਾਂ ਚਾਰੋਂ ਵਿੱਚੋਂ ਦੱਸਿਆ ਜਾ ਰਿਹਾ ਆ ਉਹ ਜਿਹੜਾ ਹੈ ਰਾਜ वीर ਜਿਹੜਾ ਹੈ ਰਾਜਵੀਰ ਦੇ ਰਾਹੀਂ ਸੰਪਰਕ ਦੇ ਵਿੱਚ ਰਿੰਦਾ ਦੇ ਨਾਲ ਆਂਦਾ ਹੈ ਰਿੰਦਾ ਕਿਉਂਕਿ ਪਾਕਿਸਤਾਨ ਐਸਕੇਪ ਕਰ ਗਿਆ ਉਸ ਦੇ ਖਿਲਾਫ ਮਰਡਰ ਅਟੈਂਪ ਟੂ ਮਰਡਰ ਐਕਸਟਰਸ਼ਨ ਦੇ ਪਰਚੇ ਪੰਜਾਬ ਹਰਿਆਣਾ ਪੰਜਾਬ ਮਹਾਰਾਸ਼ਟਰ ਤੇ ਚੰਡੀਗੜ੍ਹ ਦੇ ਵਿੱਚ ਦਰਜ ਨੇ ਤੇ ਵਾਂਟਡ ਪਰਸਨ ਹੈ ਪ੍ਰੋਕਲੇਮਡ ਆਫੈਂਡਰ ਹੈ ਤੇ ਉਸ ਦੇ ਰਾਹੀਂ ਜਿਹੜਾ ਹੈ ਰੈਡੀਕਲਿਜ਼ਮ ਨੂੰ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਰਿਵਾਈਵ ਕਰਨ ਦੀ ਕੋਸ਼ਿਸ਼ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਇਹ ਨਵਾਂ ਤਰੀਕਾ ਜਿਹੜਾ ਹੈ ਪੰਜਾਬ ਦੇ ਵਿੱਚ ਅ ਅਮੂਨੀਸ਼ਨ ਡਰੱਗਸ ਤੇ ਵੈਪਨਸ ਸਪਲਾਈ ਕਰਨ ਦਾ ਦੇਖਣ ਨੂੰ ਆ ਰਿਹਾ ਪਿਛਲੇ ਕੁਝ ਸਾਲਾਂ ਦੇ ਵਿੱਚ ਤੇ ਡਰੋਨਸ ਦੇ ਰਾਹੀਂ ਤੇ ਇਹੀ ਮੋਡਸ ਅਪਰੈਂਡਾਈ ਜਿਹੜਾ ਇਸ ਇਨਸੀਡੈਂਟ ਦੇ ਵਿੱਚ ਵੀ ਸਾਹਮਣੇ ਆਇਆ ਜਦੋਂ ਮੱਖੂ ਦੇ ਵਿੱਚ ਡਰੋਨ ਦੇ ਰਾਹੀਂ ਜਿਹੜਾ ਹੈ ਇਹ तमाम ਐਮੂਨੇਸ਼ਨ ਤੇ ਵੈਪਨ ਜਿਹੜੇ ਨੇ ਉਹ ਡ੍ਰੌਪ ਕੀਤੇ ਗਏ ਸੀਗੇ ਗੁਰਪ੍ਰੀਤ ਸਿੰਘ ਗੁਰਪ੍ਰੀਤ ਨੂੰ ਜਿਹੜਾ ਕੋਆਰਡੀਨੇਟਸ ਜਿਹੜੇ ਸੀਗੇ ਉਹ ਮੋਬਾਈਲ ਦੇ ਜ਼ਰੀਏ ਭੇਜੇ ਗਏ ਸੀਗੇ ਕਿੱਥੇ ਡ੍ਰੌਪ ਕਰਨਾ ਹੈ ਤੇ ਜਿਹੜਾ ਤੇਲੰਗਾਨਾ ਦੇ ਵਿੱਚ ਜਿੱਥੇ ਇਹ ਸਪਲਾਈ ਕਰਨਾ ਸੀਗਾ ਉਹ ਵੀ तमाम ਕੋਆਰਡੀਨੇਟਸ ਜਿਹੜੇ ਸੀਗੇ ਔਰਿੰਦਾ ਰਾਹੀਂ ਜਿਹੜਾ ਹੈ ਉਹ ਗੁਰਪ੍ਰੀਤ ਨੂੰ ਭੇਜੇ ਗਏ ਸੀਗੇ ਹਾਲਾਂਕਿ ਇਨਪੁਟ ਦੇ ਬੇਸਿਸ ਤੇ ਇਹ ਸਾਰਾ ਆਪਰੇਸ਼ਨ ਚੱਲਿਆ ਸੀਗਾ ਸਾਨੂੰ ਹਰਿਆ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਪਿਛਲੀ ਰਾਤ ਤੋਂ ਹੀ ਸਾਰਾ ਆਪਰੇਸ਼ਨ ਜਿਹੜਾ ਸੀਗਾ ਉਹ ਚੱਲ ਰਿਹਾ ਸੀਗਾ Haryana ਪੁਲਿਸ ਖਾਸ ਕਰਕੇ Karnal ਪੁਲਿਸ ਦੇ ਜਿਹੜੇ ਅਧਿਕਾਰੀ ਨੇ ਕਰਮਚਾਰੀ ਨੇ ਉਹ ਅਲਰਟ ਮੋਡ ਤੇ ਪਿਛਲੀ ਰਾਤ ਤੋਂ ਹੀ ਸੀਗੇ ਤੇ ਪਿਛਲੀ ਰਾਤ ਤੋਂ ਹੀ ਕਈ ਕਰਮਚਾਰੀ ਕਈ ਅਧਿਕਾਰੀ ਦੱਸ ਰਹੇ ਸੀ ਕਿ ਉਹ ਪਿਛਲੀ ਰਾਤ ਤੋਂ ਹੀ ਅਲਰਟ ਮੋਡ ਤੇ ਸੀਗੇ ਤੇ ਉਹਨਾਂ ਨੂੰ ਉਹਨਾਂ ਦੀ ਡਿਊਟੀ ਜਿਹੜੀ ਸੀਗੀ ਫਿਲਹਾਲ ਜਿਹੜੀ ਹੈ ਉਹਨਾਂ ਨੂੰ ਐਕਸਟੈਂਡ ਕਰ ਦਿੱਤਾ ਗਿਆ ਸੀਗਾ ਕਿਉਂਕਿ ਇਹ ਆਪਰੇਸ਼ਨ ਜਿਹੜਾ ਹੈ Karnal ਪੁਲਿਸ ਦਾ ਚੱਲਿਆ ਸੀਗਾ ਇਨਪੁਟ ਦੇ ਬੇਸਿਸ ਤੇ ਉਹਨਾਂ ਆਚਾਰਾਂ ਨੂੰ ਗ੍ਰਿਫਤਾਰ ਕਰਨ ਵਾਸਤੇ ਤੇ ਉਸ ਆਪਰੇਸ਼ਨ ਨੂੰ ਅਲਟੀਮੇਟਲੀ ਕਰਨਾਲ ਪੁਲਿਸ ਨੇ ਸਵੇਰੇ ਅੰਜਾਮ ਦਿੱਤਾ ਅਰਲੀ ਮਾਰਨਿੰਗ ਜਿਹੜਾ ਹੈ ਉਹਨਾਂ ਆਚਾਰਾਂ ਨੂੰ ਜਿਹੜਾ ਹੈ ਬਸਤਾਲਾ ਟੋਲ ਪਲਾਜ਼ਾ ਜਿਹੜਾ ਹੈ ਉਸ ਦੇ ਨਜ਼ਦੀਕ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿੱਤਾ ਜਾਂਦਾ ਹੈ ਕਰਨਾਲ ਪੁਲਿਸ ਵੱਲੋਂ ਤੇ ਜਿਹੜੀ ਇਨੋਵਾ ਦੇ ਵਿੱਚੋਂ ਦਿੱਲੀ ਨੰਬਰ ਰਜਿਸਟ੍ਰੇਸ਼ਨ ਦੀ ਜਿਹੜੀ ਗੱਡੀ ਸੀਗੀ ਉਸ ਦੇ ਵਿੱਚੋਂ ਟਰੈਵਲ ਕਰ ਰਹੇ ਸੀਗੇ ਉਸ ਦੇ ਵਿੱਚ ਸਸਤ ਦੇ ਦੌਰਾਨ ਤਿੰਨ ਆਈਈਡੀ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਜਿਹੜੇ ਨੇ ਉਹ ਰਿਕਵਰ ਹੋਏ ਸੀਗੇ ਇਸ ਤੋਂ ਇਲਾਵਾ ਵੈਪਨ ਤੇ ਕੈਲਟ੍ਰ ਤੇ 130000 ਕੈਸ਼ ਤੇ ਇਸ ਤੋਂ ਇਲਾਵਾ 6 ਮੋਬਾਈਲ ਫੋਨ ਉਹ तमाम ਚੀਜ਼ਾਂ ਰਿਕਵਰ ਹੋਈਆਂ ਸੀਗੀਆਂ ਤੇ ਫਿਲਹਾਲ ਮਧੂਵਨ ਪੁਲਿਸ ਸਟੇਸ਼ਨ ਦੇ ਵਿੱਚ ਉਸ ਗੱਡੀ ਨੂੰ ਰੱਖਿਆ ਗਿਆ ਹੈ ਤੇ ਕਰਨਾਲ ਸੀਆਈਏ ਆਫਿਸ ਜਿਹੜਾ ਹੈ ਉੱਤੇ ਉਹਨਾਂ ਚਾਰਾਂ ਨੂੰ ਜਿਹੜਾ ਹੈ ਜਿਹੜੇ ਚਾਰ ਆਪਰੇਟਿਵ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਉਸ ਇਨੋਵਾ ਗੱਡੀ ਤੋਂ ਐਕਸਪਲੋਸਿਵਸ ਦੇ ਨਾਲ ਉਹਨਾਂ ਚਾਰਾਂ ਨੂੰ ਕਰਨਾਲ ਜਿਹੜਾ CIA ਆਫਿਸ ਹੈ ਉੱਥੇ ਲੈ ਜਾਏ ਗਏ ਨੇ ਤੇ ਇੰਟਰੋਗੇਸ਼ਨ ਜਿਹੜਾ ਫਰਦਰ ਕੀਤੀ ਜਾ ਰਹੀ ਹੈ तमाम ਹਰਿਆਣਾ ਕਰਨਾਲ ਪੁਲਿਸ ਦੇ ਵੱਡੇ ਅਧਿਕਾਰੀ ਹਰਿਆਣਾ ਪੁਲਿਸ ਦੇ ਵੱਡੇ ਅਧਿਕਾਰੀ ਉੱਥੇ ਪਹੁੰਚ ਚੁੱਕੇ ਨੇ ਹਰਿਆਣਾ ਕਰਨਾਲ ਦੇ SP ਜਿਹੜੇ ਨੇ ਉਹ ਉੱਤੇ ਪਹੁੰਚੇ ਨੇ ਤੇ ਪੰਜਾਬ ਪੁਲਿਸ ਦੀ ਇੱਕ ਟੀਮ ਰੋਪੜ ਪੁਲਿਸ ਦੀ ਇੱਕ ਟੀਮ ਵੀ ਕਰਨਾਲ CIA ਆਫਿਸ ਜਿਹੜੀ ਹੈ ਉਹ ਪਹੁੰਚ ਚੁੱਕੀ ਹੈ ਕਿਉਂਕਿ ਇਹ ਚਾਰੋਂ ਜਿਹੜੇ ਨੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਜਿਨ੍ਹਾਂ ਵਿੱਚੋਂ ਅਮਨਦੀਪ ਹਰਵਿੰਦਰ ਤੇ ਗੁਰਪ੍ਰੀਤ ਓਮਕੂ ਦੇ ਵਿੱਚ ਜਿਹੜਾ ਹੈ ਵੰਜੋਕੇ ਪਿੰਡ ਜਿਹੜਾ ਹੈ ਉੱਥੇ ਦੇ ਰਹਿਣ ਵਾਲੇ ਨੇ ਜਦੋਂ ਕਿ ਭੁਪਿੰਦਰ ਸਿੰਘ ਜਿਹੜਾ ਹੈ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਇਹਨਾਂ ਚਾਰਾਂ ਨੂੰ ਕਿਉਂਕਿ ਇਹਨਾਂ ਦਾ ਪੰਜਾਬ ਦੇ ਰਹਿਣ ਵਾਲੇ ਨੇ ਤੇ ਬੱਬਰ ਖਾਲਸਾ ਦੇ ਨਾਲ ਇਹਨਾਂ ਦਾ ਕਨੈਕਸ਼ਨ ਦੱਸਿਆ ਜਾ ਰਿਹਾ ਤੇ ਪੰਜਾਬ ਦਾ ਜਿਹੜਾ ਬਾਰਡਰ ਹੈ ਪਾਕਿਸਤਾਨ ਦੇ ਨਾਲ ਸ਼ੇਅਰ ਕਰਦਾ ਬਾਰਡਰ ਉੱਤੋਂ ਹੀ ਇਹ ਤਮਾਮ ਐਕਸਪਲੋਸਿਵ ਤੇ ਵੈਪਨਸ ਜਿਹੜੇ ਸੀਗੇ ਉਹਨਾਂ ਨੂੰ ਸਪਲਾਈ ਕੀਤੇ ਗਏ ਸੀਗੇ ਤੇ ਪੰਜਾਬ ਪੁਲਿਸ ਦੀ ਟੀਮ ਵੀ ਸਾਰੀ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀ ਹੈ ਫਿਲਹਾਲ ਇਨਵੋਲਵ ਹੋ ਗਈ ਹੈ ਫਿਲਹਾਲ ਮਧੂਬਨ ਪੁਲਿਸ ਸਟੇਸ਼ਨ ਜਿਹੜਾ ਹੈ ਉੱਤੇ ਹੀ ਜਿਹੜਾ ਗੱਡੀ ਹੈ ਤੇ ਐਕਸਪਲੋਸਿਵ ਸਬਸਟੈਂਸ ਜਿਹੜਾ ਸੀਗਾ ਉਸ ਦੇ ਵਿੱਚ ਗੱਡੀ ਦੇ ਵਿੱਚ ਉਸ ਨੂੰ ਲੈ ਕੇ ਆਏ ਨੇ ਇਸੇ ਹੀ ਜਿਹੜਾ ਬੌਮ ਡਿਸਪੋਜ਼ਲ स्क्वाड ਨੇ ਉਹ ਬੁਲਾਇਆ ਗਿਆ ਤੇ ਹਾਲਾਂਕਿ ਪੁਲਿਸ ਅਧਿਕਾਰੀ ਅਜੇ ਕਲੀਅਰ ਨਹੀਂ ਕਰ ਰਹੇ ਕਿ ਇਸ ਨੂੰ ਜਿਹੜਾ ਡਿਸਪੋਜ਼ ਕਾ ਦਿੱਤਾ ਗਿਆ ਹੈ ਜਿਹੜਾ ਐਕਸਪਲੋਸਿਵ ਸਬਸਟੈਂਸ ਸੀਗਾ ਜਾਂ ਨਹੀਂ ਜਾਂ ਨੇਚਰ ਕੀ ਹੈ ਉਸ ਐਕਸਪਲੋਸਿਵ ਸਬਸਟੈਂਸ ਦੀ ਆਈਡੀ ਐਕਸ ਹੈ ਜਾਂ ਕੋਈ ਹੋਰ ਕੈਮੀਕਲ ਐਕਸਪਲੋਸਿਵ ਸਬਸਟੈਂਸ ਹੈ ਉਹ ਸਾਰਾ तमाम ਚਿੰਜਾਂ ਜਿਹੜਾ ਹਰਿਆਣਾ ਪੁਲਿਸ ਦੇ ਲਈ ਹੈ ਆਫਟਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਾਰੀ ਕਲੀਅਰ ਕਰੇਗੀ ਬਟ ਫਿਲਹਾਲ ਪਿਛਲੀ ਰਾਤ ਤੋਂ ਹੀ ਇਹ ਸਾਰਾ ਆਪਰੇਸ਼ਨ ਜਿਹੜਾ ਹੈ ਕਰਨਾਲ ਪੁਲਿਸ ਵੱਲੋਂ ਚਲਾਇਆ ਗਿਆ ਸੀਗਾ ਸਾਨੂੰ ਕਰਨਾਲ ਪੁਲਿਸ ਦੇ ਅਧਿਕਾਰੀ ਦੱਸ ਰਹੇ ਸੀਗੇ ਕਿ ਕਿੱਦਾਂ ਪਿਛਲੀ ਰਾਤ ਤੋਂ ਹੀ तमाम ਜਿਹੜੇ ਕਰਮਚਾਰੀ ਸੀਗੇ ਉਹ ਅਲਰਟ ਮੋਡ ਤੇ ਸੀਗੇ ਤੇ ਉਹਨਾਂ ਨੂੰ ਇਹ ਤਮਾਮ ਆਪਰੇਸ਼ਨ ਜਿਹੜਾ ਪੂਰੀ ਰਾਤ ਜਿਹੜਾ ਹੈ ਉਹ ਇਹਨਾਂ ਚਾਰ ਜਿਹੜੇ ਅਕਿਊਜ਼ ਨੇ ਆਪਰੇਟਿਵਸ ਨੇ ਉਹਨਾਂ ਨੂੰ ਅਰੈਸਟ ਕਰਨ ਵਾਸਤੇ ਚਲਾਇਆ ਗਿਆ ਸੀਗਾ ਤੇ अर्ਲੀ ਮਾਰਨਿੰਗ ਅਲਟੀਮੇਟਲੀ ਇਹਨਾਂ ਚਾਰਾਂ ਨੂੰ ਜਿਹੜਾ ਹੈ ਉਹ ਗ੍ਰਿਫਤਾਰ ਕਰ ਲਿੱਤਾ ਗਿਆ ਕਰਨਾਲ ਪੁਲਿਸ ਵੱਲੋਂ ਜਿਹੜਾ ਹੈ ਬਸਤਾਰਾ ਟੋਲ ਪਲਾਜ਼ਾ ਉਸ ਦੇ ਉੱਤੇ ਤੇ ਇੱਕ ਬਹੁਤ ਵੱਡੀ ਸਾਜ਼ਿਸ਼ ਜਿਹੜੀ ਹੈ ਅਤੰਕ ਦੀ ਉਸ ਨੂੰ ਜਿਹੜਾ ਹੈ ਉਸ ਨੂੰ ਬੇਨਕਾਬ ਕਰ ਦਿੱਤਾ ਗਿਆ ਉਸ ਨੂੰ ਫੇਲ ਕਰ ਦਿੱਤਾ ਗਿਆ ਹਰਿਆਣਾ ਪੁਲਿਸ ਵੱਲੋਂ ਤੇ ਲੰਗਾਨਾ ਇਹ ਲੈ ਕੇ ਜਾ ਰਹੇ ਸੀਗੇ ਲੁਧਿਆਣਾ ਜੇਲ੍ਹ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਰਾਜਵੀਰ ਦੇ ਦੇ ਜਿਹੜਾ ਰਾਜਵੀਰ ਦੇ ਨਾਲ ਮੁਲਾਕਾਤ ਹੁੰਦੀ ਹੈ ਲੁਧਿਆਣਾ ਜੇਲ੍ਹ ਦੇ ਵਿੱਚ ਗੁਰਪ੍ਰੀਤ ਸਿੰਘ ਦੀ ਜਿਹੜਾ ਇਹਨਾਂ ਚਾਰੋਂ ਵਿੱਚੋਂ ਮੇਨ ਅਕਿਊਜ਼ ਜਿਹੜਾ ਹੈ ਮੰਨਾਂ ਜਾ ਰਿਹਾ ਤੇ ਸਿਗਨਲ ਐਪ ਆਈਡੀ ਜਿਹੜੀ ਹੈ ਸਿਗਨਲ ਐਪ ਆਈਡੀ ਰਿੰਦਾ ਦੀ ਜਿਹੜੀ ਹੈ ਉਹ ਰਾਜਵੀਰ ਜਿਹੜਾ ਹੈ ਗੁਰਪ੍ਰੀਤ ਨੂੰ ਦਿੰਦਾ ਹੈ ਤੇ ਉਸ ਤੋਂ ਬਾਅਦ ਗੁਰਪ੍ਰੀਤ ਜਿਹੜਾ ਹੈ ਉਹ ਰਿੰਦਾ ਦੇ ਕੰਟੈਕਟ ਦੇ ਵਿੱਚ ਆਂਦਾ ਹੈ ਰਿੰਦਾ ਜਿਹੜਾ ਪਾਕਿਸਤਾਨ ਦੇ ਵਿੱਚ ਬੈਠਾ ਪਾਕਿਸਤਾਨ ਦੀ ਆਈਐਸਆਈ ਦੇ ਇਸ਼ਾਰੇ ਤੇ ਜਿਹੜਾ ਹੈ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਜਿਹੜਾ ਹੈ ਉਹ ਰੈਡੀਕਲਿਜ਼ਮ ਨੂੰ ਦੁਬਾਰਾ ਰਿਵਾਈਵ ਕਰਨ ਦੀ ਕੋਸ਼ਿਸ਼ ਜਿਹੜਾ ਹੈ ਉਹ ਕਰ ਰਿਹਾ ਹੈ ਤੇ ਮਖੂ ਦੇ ਵਿੱਚ ਹੀ ਆਕਾਸ਼ਦੀਪ ਨਾਂ ਦੇ ਸ਼ਖਸ ਦੇ ਖੇਤਾਂ ਦੇ ਵਿੱਚ ਜਿਹੜਾ ਹੈ ਡਰੋਨ ਦੇ ਰਾਹੀਂ ਜਿਹੜਾ ਹੈ ਹਥਿਆਰ ਤੇ ਜਿਹੜਾ ਇਹ ਐਕਸਪਲੋਸਿਵ ਸੀਗੇ ਉਹ ਛੁੱਟੇ ਗਏ ਸੀਗੇ ਜਿੱਥੋਂ ਗੁਰਪ੍ਰੀਤ ਨੇ ਤੇ ਉਹਦੇ ਸਾਥੀਆਂ ਨੇ ਜਿਹੜਾ ਹੈ ਇਹ ਸਾਰਾ ਐਕਸਪਲੋਸਿਵ ਸਬਸਟੈਂਸ ਲੈ ਕੇ ਜਿਹੜਾ ਹੈ ਇਹ ਤੇਲੰਗਾਨਾ ਜਿਹੜਾ ਉਹ ਜਾ ਰਹੇ ਸੀਗੇ ਤੇ ਆਦਿਲਾਬਾਦ ਜਿਹੜਾ ਹੈ ਅਦਿਲਾਵਾਦ ਤੇਲੰਗਾਨਾ ਦੇ ਵਿੱਚ ਉੱਤੇ ਇਹ ਇਹਨਾਂ ਨੇ ਸਪਲਾਈ ਕਰਨੇ ਸੀਗੇ ਹਾਲਾਂਕਿ ਇਸ ਦੀ ਕਨਸਪੀਰੇਸੀ ਕੀ ਹੈ ਲਾਰਜਰ ਕਨਸਪੀਰੇਸੀ ਕੀ ਹੈ ਉਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉੱਥੇ ਉਸ ਤੋਂ ਬਾਅਦ ਹੀ ਇਹ ਸਾਰਾ ਕਲੀਅਰ ਹੋ ਪਾਏਗਾ ਫਰ ਫਿਲਹਾਲ ਇੱਕ ਵੱਡੀ ਜਿਹੜੀ ਸਾਜ਼ਿਸ਼ ਹੈ ਉਹ ناکਾਮਯਾਬ ਕਰ ਦਿੱਤੀ ਗਈ ਹੈ ਹਰਿਆਣਾ ਪੁਲਿਸ ਵੱਲੋਂ करनाल ਪੁਲਿਸ ਵੱਲੋਂ ਤੇ ਚਾਰ ਆਪਰੇਟਿਵ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਤਿੰਨ ਫਿਰੋਜ਼ਪੁਰ ਦੇ ਮੱਕੂ ਦੇ ਰਹਿਣ ਵਾਲੇ ਨੇ ਵੰਜੋਕੇ ਪਿੰਡ ਦੇ ਤੇ ਇੱਕ ਜਿਹੜਾ ਹੈ ਭੁਪਿੰਦਰ ਸਿੰਘ ਉਹ ਲੁਧਿਆਣਾ ਦਾ ਰਹਿਣ ਵਾਲਾ ਹੈ ਤੇ ਤੇ ਬਬਰ ਖਾਲਸਾ ਦੇ ਆਪਰੇਟਿਵਸ ਨੇ ਗੱਡੀ ਜਿਹੜੀ ਹੈ ਜਿਸ ਗੱਡੀ ਦੇ ਵਿੱਚ ਚਾਰੋਂ ਟਰੈਵਲ ਕਰ ਰਹੇ ਸੀਗੇ ਉਹ ਗੱਡੀ ਮਧੂਵਨ ਪੁਲਿਸ ਸਟੇਸ਼ਨ ਜਿਹੜੀ ਹੈ ਦਿੱਲੀ ਨੰਬਰ ਦੀ ਨੋਵਾ ਗੱਡੀ ਦੇ ਵਿੱਚ ਉਹ ਟਰੈਵਲ ਕਰ ਰਹੇ ਸੀਗੇ ਐਕਸਪਲੋਸਿਵ ਸਬਸਟੈਂਸ ਲੈ ਕੇ ਜਾ ਰਹੇ ਸੀਗੇ ਉਹ ਗੱਡੀ ਫਿਲਹਾਲ ਮਧੂਵਨ ਪੁਲਿਸ ਸਟੇਸ਼ਨ ਦੇ ਵਿੱਚ ਹੀ ਰੱਖੀ ਗਈ ਹੈ ਤੇ ਉਹ ਚਾਰੋਂ ਆਪਰੇਟਿਵ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਉਹਨਾਂ ਨੂੰ ਕਰਨਾਲ ਸੀਆਈਏ ਆਫਿਸ ਦੇ ਵਿੱਚ ਲਜਾਏਗੇ ਲਜਾਏ ਗਏ ਨੇ ਉੱਥੇ ਇੰਟੈਰੋਗੇਸ਼ਨ ਜਿਹੜੀ ਹੈ ਹਰਿਆਣਾ ਪੁਲਿਸ ਕਰ ਰਹੀ ਹੈ ਤੇ ਪੰਜਾਬ ਪੁਲਿਸ ਦੀ ਟੀਮ ਵੀ ਜਿਹੜੀ ਹੈ ਇਸ तमाम ਇੰਟੈਰੋਗੇਸ਼ਨ ਤੇ ਇਨਵੈਸਟੀਗੇ ਹੋਈ ਹੈ ਫਿਲਹਾਲ ਜਿਹੜੇ ਚਾਰੋਂ ਅਕਿਊਜ਼ ਨੇ ਉਹ ਕਰਨਾਲ ਪੁਲਿਸ ਸੀਆਈਏ ਆਫਿਸ ਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਹੈ ਇੰਟਰੋਗੇਸ਼ਨ ਜਿਹੜੀ ਹੈ ਉਹਨਾਂ ਦੀ ਹੋ ਰਹੀ ਹੈ ਕਮਾਪਸਨ ਵੇਦਰਾਮ ਦੇ ਨਾਲ ਸਚੀਨ ਕੁਮਾਰ ਬੀਪੀ ਸੰਜਾ ਮਧੂਬਨ ਕਰਨਾਲ ਕਰਨਾਲ ਦੇ ਵਿੱਚ ਜੋ ਚਾਰ